ਅੱਜ ਮਲੋਟ ਵਿਖੇ ਪਸ਼ੂਆਂ ਦੇ ਚਾਰੇ ਲਈ ਇਕੱਠੀ ਕੀਤੀ ਗਈ ਝੋਨੇ ਦੀ ਪਰਾਲੀ ਨੂੰ ਅਚਾਨਕ ਅੱਗ ਲੱਗਣ ਨਾਲ 100 ਦੇ ਕਰੀਬ ਟਰਾਲੀਆਂ ਪਰਾਲੀ ਦੀਆਂ ਜਲ ਕੇ ਰਾਖ ਹੋ ਗਈਆਂ। ਫਾਇਰ ਬ੍ਰਿਗੇਡ ਦੀ ਟੀਮ ਨੇ ਬਹੁਤ ਮੁਸ਼ਕਿਲ ਨਾਲ ਇਸ ਅੱਗ ਤੇ ਕਾਬੂ ਪਾਇਆ ਅਤੇ ਥੋੜੀ ਦੂਰ ਪਈ ਹੋਰ ਪਰਾਲੀ ਨੂੰ ਬਚਾ ਲਿਆ ਗਿਆ। ਫਿਲਹਾਲ ਪਰਾਲੀ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਏ। ਜੀ ਮੇਰਾ ਨਾਮ ਅਲੀ ਖਾਨ ਹੈ। ਇਹ ਆਪਾਂ ਖੇਤਾਂ 'ਚ ਗਾਈਆਂ ਵਾਸਤੇ ਪਰਾਲੀ ਇਕੱਠੀ ਕੀਤੀ ਸੀ ਜੀ, ਅਤੇ ਸਵੇਰੇ 10:30 ਜੀ ਅੱਗ ਲੱਗ ਗਈ ਪਰਾਲੀ ਨੂੰ, ਸਾਰੀ ਮੱਚ ਗਈ ਜੀ। 100 ਟਰਾਲੀ ਸੀਗੀ, 100 ਦੀ 100 ਮੱਚ ਗਈ ਜੀ। ਹਜੇ ਕਿੰਨੀ ਕੁ ਟਰਾਲੀ ਪਈ ਹੈ ਨਾਲ ਤੁਹਾਡੀ ਜਿਹੜੀ? ਇਹ ਜੀ ਕੋਈ 40 ਕੁ ਟਰਾਲੀ ਪਈ ਹੈ ਜੀ। ਇਹ ਦੂਜੇ ਘਰ ਦੀ ਆ ਆਪਣੇ, ਉਹਨੂੰ ਬਹੁਤ ਮੁਸ਼ਕਿਲ ਨਾਲ ਬਚਾਇਆ ਜੀ। ਕੀ ਕਾਰਨ ਮੰਨਦੇ ਹੋ ਅੱਗ ਲੱਗਣ ਜੀ? ਹੁਣ ਪਤਾ ਨਹੀਂ ਜੇ ਕੋਈ ਲਾ ਗਿਆ ਜਾਂ ਅਚਾਨਕ ਮੈਂ ਲੱਗ ਗਈ। ਸਾਨੂੰ ਜਦੋਂ ਅਸੀਂ ਭੱਜ ਕੇ ਆਏ ਉਦੋਂ ਸਾਰੀ ਪਰਾਲੀ ਨੂੰ ਅੱਗ ਲੱਗ ਗਈ ਸੀ ਜੀ। ਪਹਿਲਾਂ ਵੀ ਕਿਸੇ ਪਿਛਲੇ ਸਾਲ ਤੱਕ ਅੱਗ ਲੱਗਦੀ ਰਹੀ ਇਸ ਤਰ੍ਹਾਂ? ਨਹੀਂ ਜੀ, ਪਿਛਲੇ ਸਾਲ ਤਾਂ ਨਹੀਂ ਲੱਗੀ ਜੀ, ਉਸ ਤੋਂ ਪਹਿਲੇ ਸਾਲ ਲੱਗੀ ਸੀ ਜਾਂ ਹੁਣ ਲੱਗੀ ਹੈ। ਹਾਂਜੀ, ਪਰਾਲੀ ਨੂੰ ਅੱਗ ਲੱਗੀ ਹੈ, ਕਿੰਨੀ ਪਰਾਲੀ ਸੜ ਚੁੱਕੀ ਹੈ ਤੇ ਫਾਇਰ ਬ੍ਰਿਗੇਡ ਦੇ ਕੀ ਪ੍ਰਬੰਧ ਕੀਤੇ ਜਾ ਰਹੇ? ਪਰਾਲੀ ਅੱਜ 10:30 ਸਾਨੂੰ ਕਾਲ ਆਈ ਸੀ ਵੀ ਪਰਾਲੀ ਨੂੰ ਅੱਗ ਲੱਗ ਗਈ, ਜਿਹੜੀ ਮੁਸਲਮਾਨਾਂ ਦੀ ਇਕੱਠੀ ਕਰਕੇ ਰੱਖਦੇ ਆ। ਸਾਡੀ ਬੋਡੀਆਂ ਮੌਕੇ ਤੇ ਜਿਹੜੀਆਂ 5 ਗੱਡੀਆਂ ਅਸੀਂ ਲਿਆ ਕੇ ਇੱਕ ਗਜਰਵੇ ਨੂੰ ਮਤਲਬ ਸੱਦ ਕੇ ਤੇ ਕੰਟਰੋਲ ਕੀਤਾ। ਪਰਾਲੀ ਜਿਹੜਾ ਵੀ ਨੇੜੇ ਪਾਣੀ ਸਾਨੂੰ ਮਿਲਦਾ ਨਹੀਂ, ਵਾਟਰ ਬੱਸ ਦੇ ਵਿੱਚ ਥੋੜ੍ਹਾ ਹਾਈਡੈਂਟ ਖਰਾਬ ਹੈ, ਦੂਰੋਂ ਥੋੜ੍ਹਾ ਲਿਆਉਣਾ ਪਿਆ, ਪਰ ਫਿਰ ਵੀ ਅਸੀਂ ਨੇੜੇ ਵਾਦੀ ਸੀ ਜਿਹੜੀ ਉਹਨੂੰ ਬਚਾ ਲਿਆ। ਨੇੜੇ 1000 ਟਰਾਲੀਆਂ ਜਿਹੜੀਆਂ ਜੋੜਦੇ ਆ ਮੁਸਲਮਾਨ ਆਏ ਕਿਹੜੇ, ਇਹਨਾਂ ਨੂੰ ਵੀ ਪ੍ਰਦੁੱਖਾ ਪ੍ਰਬੰਧ ਕਰਨਾ ਚਾਹੀਦਾ ਵੀ ਆਈ ਦਿਵਾਲੀ 'ਤੇ ਇਹ ਅੱਗ ਲੱਗਦੀ ਹੈ ਅਤੇ ਇੱਥੇ ਇਹਨਾਂ ਨੂੰ ਕੋਈ ਨਾ ਕੋਈ ਪਾਣੀ ਦਾ ਅਰੇਂਜਮੈਂਟ ਕਰਕੇ ਰੱਖਣਾ ਚਾਹੀਦਾ, ਕੋਈ ਨਾ ਕੋਈ ਆਸੇ ਪਾਸੇ ਜਿਹੜਾ ਵੀ ਇਹਨਾਂ ਨੂੰ ਠੰਡ ਛੁਡਾ ਕੇ ਰੱਖਣਾ ਚਾਹੀਦਾ। ਇਹ ਕੰਟਰੋਲ ਇਸ ਟਾਈਮ ਕਰ ਲਈ ਹੈ, ਕੋਈ 100 ਕੁ ਟਰਾਲੀ ਜਿਹੜੀ ਆ ਵੀ ਪਰਾਲੀ ਦੀ ਸੜੀ ਆ ਜਿੱਥੇ ਲੱਗੀ ਸੀ ਉਸੇ ਨੂੰ ਅਸੀਂ ਕੰਟਰੋਲ ਕਰਤਾ, ਹੋਰ ਅੱਗੇ ਜਿਹੜੀ ਅਸੀਂ ਬਿਲਕੁਲ ਪਰਾਲੀ ਦੇ ਅੱਗ ਨੂੰ ਨਹੀਂ ਵਧਣ ਦਿੱਤਾ। ਅਤੇ ਸਾਡੇ ਜਿਹੜੇ ਸਟਾਫ ਆ ਸਾਰਾ ਹਾਜ਼ਰ ਹੈ, 5 ਗੱਡੀਆਂ ਮੌਕੇ 'ਤੇ ਹਾਜ਼ਰ ਹੈ, ਨਾਲ ਗਿੱਦਰਵੇ ਦੀ ਗੱਡੀ ਦਾ ਸਹਿਯੋਗ ਲੈ ਕੇ ਜਿਹੜੀ ਅੱਗ ਇਸ ਟਾਈਮ ਅਸੀਂ ਬੁਝਾਈ ਜਾਂਦੇ ਹਾਂ ਅਤੇ ਹੋਰ ਥੋੜ੍ਹੇ ਜਿਹੇ ਤਰ੍ਹਾਂ ਜਿਹੜੀ ਅੱਗ ਬੱਝ ਗਈ। ਕਾਰਨਾਂ ਦਾ ਜੀ ਪਤਾ ਨਹੀਂ ਲੱਗਦਾ, ਇਹਨਾਂ ਨੂੰ ਆਏ ਕਿਹੜੇ ਪੁੱਛੀਦਾ, ਕੋਈ ਅਸਤਬਾਜੀ ਕਹਿ ਦਿੰਦਾ ਅੱਗੇ ਦਿਵਾਲੀ ਦੇ ਕੋਈ ਕੁਛ, ਪਰ ਐਤਕੀ ਵੀ ਮਾਲਕਾਂ ਨੂੰ ਪੁੱਛਿਆ ਵੀ ਇਹਨਾਂ ਦੇ ਅੱਗ ਲੱਗਣ ਦਾ ਕਾਰਨ ਜੀ ਕੋਈ ਪਤਾ ਨਹੀਂ ਲੱਗ ਸਕਿਆ। ਬਾਅਦ 'ਚ ਜਿਹੜੀ ਪੂਰੀ ਵੈਰੀਫਿਕੇਸ਼ਨ ਕਰਕੇ ਅਤੇ ਤੁਹਾਨੂੰ ਦੱਸ